ਮੌਨਸੂਨ ਦੇ ਆਉਂਦੇ ਹੀ ਉੱਤਰ ਭਾਰਤ ਵਿੱਚ ਲਗਾਤਾਰ ਬਾਰਿਸ਼ਾਂ ਦਾ ਸਿਲਸਿਲਾ ਜਾਰੀ ਹੈ। ਪੰਜਾਬ ਭਰ ਵਿੱਚ ਅੱਜ ਕਈ ਇਲਾਕਿਆਂ ਅੰਦਰ ਸਵੇਰ ਤੋਂ ਬਾਰਿਸ਼ ਹੋ ਰਹੀ ਹੈ। ਲੁਧਿਆਣਾ ਦੀ ਜੇਕਰ ਗੱਲ ਕਰੀਏ ਜਾਵੇ ਤਾਂ ਤੜਕਸਰ ਤੋਂ ਬਦਲਵਾਈ ਤੋਂ ਬਾਅਦ ਮੀਂਹ ਦੀ ਕੁਛ ਹਿੱਸਿਆਂ ਵਿੱਚ ਸ਼ੁਰੂਆਤ ਹੋਈ, ਜੋ ਲਗਾਤਾਰ ਸੌਣ ਦੀ ਝੜੀ ਵਾਂਗ ਪੈ ਗਈ ਹੈ। ਅਤੇ ਜਿੱਥੇ ਕਿਸਾਨਾਂ ਨੂੰ ਇਸ ਮੀਂਹ ਦਾ ਕਾਫ਼ੀ ਫਾਇਦਾ ਮਿਲ ਰਿਹਾ ਹੈ, ਉੱਥੇ ਹੀ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਨਿਜਾਤ ਮਿਲ ਗਈ ਹੈ। ਉੱਥੇ ਹੀ ਲੁਧਿਆਣਾ ਦੇ ਕੁਛ ਇਲਾਕਿਆਂ ਵਿੱਚ ਜਾਮ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ ਅਤੇ ਕਈ ਥਾਵਾਂ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਾਣੀ ਦਾ ਬਲੋਕੇਜ ਵੀ ਹੋਈ ਹੈ, ਜਿੱਥੇ ਸ਼ਹਿਰ ਵਾਸੀ 2-4 ਹੁੰਦੇ ਵਿਖਾਈ ਦੇ ਰਹੇ ਹਨ। ਪੰਜਾਬੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ 3-4 ਦਿਨ ਤੱਕ ਇਸੇ ਤਰ੍ਹਾਂ ਬਾਰਿਸ਼ਾਂ ਦਾ ਸਿਲਸਿਲਾ ਜਾਰੀ ਰਹੇਗਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਆਉਣ ਵਾਲੇ 3-4 ਦਿਨ ਦੌਰਾਨ ਮੱਧਮ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕੁਝ ਦੱਖਣੀ ਪੂਰਵੀ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ, ਜਿਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਆਉਣ ਵਾਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਮੋਡਰੇਟ ਟੂ ਹੈਵੀ ਰੇਨਫਾਲ ਹੋ ਸਕਦੀ ਹੈ ਜੀ। ਸੋ ਇਹਦੇ ਨਾਲ ਕਿਉਂਕਿ ਅੱਜ ਕੱਲ੍ਹ ਜਿਹੜੀ ਪੈਡੀ ਕਰੋਪ ਆ ਉਹਦੀ ਟਰਾਂਸਪਲਾਂਟਿੰਗ ਚੱਲ ਰਹੀ ਹੈ, ਸੋ ਉਹਦੇ ਵਾਸਤੇ ਕਾਫੀ ਲਾਹੇਵੰਦ ਸਿੱਧ ਹੋ ਸਕਦੀ ਹੈ। ਔਰ ਕਿਉਂਕਿ ਅੱਜ ਕੱਲ੍ਹ ਗਰਾਊਂਡ ਵਾਟਰ ਵਿਦਡਰੋਲ ਕਾਫੀ ਇਹਦੇ ਕਰਕੇ ਹੁੰਦਾ ਪੈਡੀ ਕਰਕੇ, ਸੋ ਉਹਦੇ ਵਿੱਚ ਵੀ ਥੋੜ੍ਹੀ ਜਿਹੀ ਠੱਲ ਪੈ ਸਕਦੀ ਹੈ ਕਿਉਂਕਿ ਬਾਰਿਸ਼ ਅੱਛੀ ਹੋ ਰਹੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਨੌਰਥ ਈਸਟਰਨ ਡਿਸਟ੍ਰਿਕਟਸ ਕੁਛ ਦੇ ਵਿੱਚ ਯੈਲੋ ਅਲਰਟ ਵੀ ਕੀਤਾ ਗਿਆ, ਜਿੱਥੇ ਜਿਹੜੀ ਹੈਵੀ ਰੇਨਫਾਲ ਹੋ ਸਕਦੀ ਹੈ, ਇੰਟੈਂਸ ਐਕਟੀਵਿਟੀ ਜ਼ਿਆਦਾ ਹੋ ਸਕਦੀ ਹੈ, ਬਟ ਬਾਕੀ ਪੰਜਾਬ ਦੇ ਵਿੱਚ ਜਿਹੜੀ ਮੋਡਰੇਟ ਟੂ ਹੈਵੀ ਰੇਨਫਾਲ ਹੀ ਹੈਗੀ ਹੈ। ਕਿੰਨੀ ਕੁ ਬਾਰਿਸ਼ ਪੈਣ ਦੀ ਸੰਭਾਵਨਾ ਹੈ, ਕਿਸ ਤਰ੍ਹਾਂ ਦਾ ਅਲਰਟ ਹੈਗਾ ਵਾ, ਥੋੜ੍ਹਾ ਦੱਸ ਦਿਓ, ਬਿਜਲੀ ਦਾ ਅਲਰਟ ਰਹੇਗੀ, ਹਵਾਵਾਂ ਚੱਲਣਗੀਆਂ? ਹਾਂਜੀ, ਇਹਦੇ ਵਿੱਚ ਲਾਈਟਨਿੰਗ, ਥੰਡਰਸਟੋਰਮਸ, ਹੈਵੀ ਰੇਨ ਸਾਰੀਆਂ ਐਕਟੀਵਿਟੀਜ਼ ਹੋ ਸਕਦੀਆਂ ਨੇ। ਸੋ ਇਹਦੇ ਵਿੱਚ ਇਹ ਵੀ ਸਾਰਿਆਂ ਨੂੰ ਸਿਫਾਰਿਸ਼ ਕਰਦੇ ਹਾਂ ਕਿ ਜਿਹੜੀਆਂ ਕੋਈ ਕਿਸੇ ਦੇ ਟਰੈਵਲ ਪਲੈਨਸ ਨੇ ਥੋੜ੍ਹਾ ਜਿਹਾ ਉਹਨਾਂ ਦਾ ਧਿਆਨ ਰੱਖਣ, ਕਿਉਂਕਿ ਜੇ ਅਵੋਇਡ ਹੋ ਸਕਦਾ ਤਾਂ ਇਹਨਾਂ ਦਿਨਾਂ ਦੇ ਵਿੱਚ ਟਰੈਵਲ ਨਾ ਕਰਨ, ਵਾਟਰ ਬੋਡੀਜ਼ ਦੇ ਨੇੜੇ ਜਾਣਾ ਅਵੋਇਡ ਕਰਨ, ਔਰ ਬਾਰਿਸ਼ ਦੇ ਡਿਊਰਿੰਗ ਵੀ ਕਿਉਂਕਿ ਤੇਜ਼ ਹਵਾਵਾਂ ਵੀ ਵਿੱਚ ਹੋ ਸਕਦੀਆਂ ਨੇ, ਦਰਖਤ ਦੇ ਕੋਲ ਜਾਂ ਜਿਹੜੀਆਂ ਵੀਕ ਸਟਰਕਚਰਸ ਨੇ ਉਹਨਾਂ ਦੇ ਕੋਲ ਸ਼ੈਲਟਰ ਨਹੀਂ ਲੈਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਮੌਜੂਦਾ ਮੌਸਮ ਦਾ ਕਿਸ ਤਰ੍ਹਾਂ ਦਾ ਟੈਂਪਰੇਚਰ ਹੈਗਾ ਵਾ ਤੇ ਆਉਣ ਵਾਲੇ ਦਿਨਾਂ ਚ ਟੈਂਪਰੇਚਰ ਕਿੰਨਾ ਫਰਕ ਆ ਜਾਏਗਾ? ਹਾਂਜੀ, ਟੈਂਪਰੇਚਰ ਅਸੀਂ ਕੱਲ ਜਿਹੜਾ ਮੈਕਸੀਮਮ ਰਿਕਾਰਡ ਕੀਤਾ 34.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨੋਰਮਲ 5 ਜੁਲਾਈ ਦਾ 35.4 ਡਿਗਰੀ ਸੈਂਟੀਗ੍ਰੇਡ ਹੈ ਜੀ। ਇਸੀ ਤਰ੍ਹਾਂ ਜਿਹੜਾ ਅੱਜ ਦਾ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ 27.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਨੋਰਮਲ 6 ਜੁਲਾਈ ਦਾ 26 ਡਿਗਰੀ ਸੈਂਟੀਗ੍ਰੇਡ, ਔਰ ਕੱਲ੍ਹ ਨਾਲੋਂ ਜਿਹੜਾ ਮਿਨੀਮਮ ਟੈਂਪਰੇਚਰ ਅੱਜ 2.2 ਡਿਗਰੀ ਸੈਂਟੀਗ੍ਰੇਡ ਉਹਦੇ 'ਚ ਫਾਲ ਹੋਈ ਆ।